ਬਹੁਤ ਮਾੜੀਆਂ ਘਟਨਾਵਾਂ ਘਟੀਆਂ ਦੋ, ਤੁਹਾਨੂੰ ਮੈਂ ਕਾਰਨ ਦੱਸਦਾ ਇਹਨਾਂ ਦਾ। ਕੇਕ ਔਡਰ ਕੀਤਾ ਜਮੈਟੋ ਤੋਂ, ਕੁੜੀ ਦਾ ਜਨਮਦਿਨ ਸੀ 10 ਸਾਲ ਦੀ ਦਾ, ਔਰ ਉਹਦੀ ਡੈਥ ਹੋਈ ਆ, ਔਰ ਦੂਜੀ ਬੱਚੀ ਮਰਦੀ ਮਰਦੀ ਬੱਚੀ ਆ ਜਿਹੜੀ ਉਸ ਤੋਂ ਛੋਟੀ ਸੀ। ਔਰ 15 ਫਰਵਰੀ ਨੂੰ ਇੱਕ ਬੱਚੇ ਨੇ ਚੋਕਲੇਟ ਖਾਧੀ, ਉਲਟੀਆਂ ਆਈਆਂ, ਉਹਦੀ ਵੀ ਡੈਥ ਹੋਈ। ਇਹ ਦੋ ਇੰਸੀਡੈਂਟਾਂ ਦਾ ਮੈਂ ਤੁਹਾਨੂੰ ਕਾਰਨ ਦੱਸਦਾਂਗਾ, ਧਿਆਨ ਦੇ ਨਾਲ ਸੁਣੋ। ਜਿਹੜੀਆਂ ਇਹ ਬੱਚੀਆਂ ਸੀ, ਇਹਨਾਂ ਦਾ ਜਨਮਦਿਨ ਸੀ, ਕੇਕ ਔਡਰ ਕੀਤਾ ਜਮੈਟੋ ਤੋਂ, 6 ਵਜੇ ਔਡਰ ਕੀਤਾ, 6:30 ਘਰ ਆ ਗਿਆ, 7 ਵਜੇ ਨੂੰ ਕੱਟ ਲਿਆ, ਟੱਬਰ ਨੇ ਥੋੜ੍ਹਾ ਥੋੜ੍ਹਾ ਖਾ ਲਿਆ। ਤਬੀਅਤ ਸਭ ਦੀ ਖਰਾਬ ਹੋਈ। ਉਸ ਸਮੇਂ ਉਹਨਾਂ ਨੇ ਨਹੀਂ ਸੋਚਿਆ ਕਿ ਹੋਸਪਿਟਲ ਜਾਣ ਦੀ ਲੋੜ ਪਊਗੀ। ਛੋਟੀ ਬੱਚੀ ਨੂੰ ਉਲਟੀਆਂ ਜ਼ਿਆਦਾ ਆਈਆਂ, ਕੇਕ ਸਾਰਾ ਬਾਹਰ ਨਿਕਲ ਗਿਆ, ਜਿਸ ਕਰਕੇ ਉਹ ਬਚ ਗਈ। ਵੱਡੀ ਬੱਚੀ ਦਾ ਕੇਕ ਬਾਹਰ ਨਹੀਂ ਨਿਕਲਿਆ, ਪੇਟ 'ਚੋਂ ਉਹਨੂੰ ਝਾਕੀ ਆਈ, ਤਾਂ ਉਹ ਹੋਸਪਿਟਲ ਨਹੀਂ ਗਏ ਉਸ ਵੇਲੇ। ਉਹ ਰਾਤ ਜਦੋਂ ਉਹਨਾਂ ਦੀ ਲੰਘੀ ਤਾਂ ਸੁਬਾਹ ਨੂੰ ਉਹ ਬੱਚੀ ਠੰਡੀ ਹੋ ਗਈ ਸੀਗੀ, ਕੁਛ ਬੋਲ ਨਹੀਂ ਰਹੀ ਸੀਗੀ, ਪਾਣੀ ਮੰਗਦੀ ਸੀ, ਮੂੰਹ ਸੁੱਕਦਾ ਸੀ। ਤੁਸੀਂ ਆਪ ਸੋਚੋ, ਜਦੋਂ ਕੋਈ ਹਾਰਡ ਡਰੱਗ, ਬਹੁਤ ਤੇਜ਼ ਜ਼ਹਿਰ ਇਨਸਾਨ ਦੇ ਅੰਦਰ ਜਾਂਦਾ, ਉਦੋਂ ਹੀ ਮੂੰਹ ਸੁੱਕਦਾ ਗਾ। ਔਰ ਉਹ ਬੱਚੀ ਨੂੰ ਜਦੋਂ ਹੋਸਪਿਟਲ ਲੈ ਕੇ ਗਏ ਤਾਂ ਉਹ ਉਸਦੀ ਡੈਥ ਹੋ ਗਈ। ਆਕਸੀਜਨ ਵਗੈਰਾ ਲਾਈ ਪਰ ਉਹ ਕੰਮ ਨਹੀਂ ਆਈ, ਟੂ ਲੇਟ ਹੋ ਗਿਆ। ਇਹਦੇ ਵਿੱਚ ਆਪਾਂ ਮਾਪਿਆਂ ਨੂੰ ਗਲਤ ਨਹੀਂ ਕਹਿ ਸਕਦੇ ਗੇ। ਤੁਹਾਨੂੰ ਕਾਰਨ ਦੱਸਦਾ, ਚੋਕਲੇਟ 'ਤੇ ਆਉਂਦੇ ਹਾਂ ਪਹਿਲਾਂ। ਚੋਕਲੇਟ ਦੀ ਕੁਛ ਜਿਹੜੇ ਵੱਡੇ ਜਿਹੜੇ ਸੇਲਰ ਆ, ਉਹਨਾਂ ਦੀਆਂ ਡੇਟਾਂ ਵਧਾਉਂਦੇ ਆ। ਐਕਸਪਾਇਰ ਹੋ ਚੁੱਕੀਆਂ ਚੀਜ਼ਾਂ ਨੂੰ ਵਾਰ ਵਾਰ ਡੇਟ ਵਧਾਈ ਜਾਂਦੀ ਆ। ਛੋਟੀ ਜਿਹੀ ਮਸ਼ੀਨ ਆਉਂਦੀ ਆ ਸਾਈ ਵਾਲੀ। ਕੁਝ ਲੋਕ ਤਾਂ ਇੰਨੇ ਨੀਚ ਆ, ਜਿਹੜੇ ਬ੍ਰੈਡ ਹੁੰਦੇ ਆ, ਜਿਹਨਾਂ ਦੇ ਬਰਗਰ ਬਣਦੇ ਆ, ਦੂਜੇ ਬ੍ਰੈਡ, ਉਹ ਸੈਂਸਿਟਿਵ ਚੀਜ਼ਾਂ, ਉਹਨਾਂ ਦੀ ਮਿਆਦ ਮਸਾਂ 14 ਦਿਨ ਦੀ ਹੁੰਦੀ ਹੈ ਜਾਂ ਉਦੋਂ ਵੀ ਘੱਟ, ਔਰ ਉਹਨਾਂ ਦੀਆਂ ਡੇਟਾਂ ਵੀ ਵਧਾ ਕੇ ਵੇਚਦੇ। ਉਹਨਾਂ ਵਿੱਚ ਕਿੰਨੇ ਹਾਨੀਕਾਰਕ ਜਾਮਸ ਪੈਦਾ ਹੁੰਦੇ ਆ ਜਦੋਂ ਓਵਰਡੇਟ ਹੋ ਜਾਂਦੇ ਆ। ਸਿਹਤ ਖਰਾਬ ਹੋਣ ਦੇ ਇਹ ਕਾਰਨ, ਜਿਹੜੀਆਂ ਚੋਕਲੇਟਾਂ ਤਕੜੇ ਤੋਂ ਤਕੜੇ ਕੈਮੀਕਲ ਪਾ ਕੇ ਸੜਨ ਗਲਣ ਤੋਂ ਉਹਨਾਂ ਨੂੰ ਰੋਕਿਆ ਜਾਂਦਾ। ਜਦੋਂ ਐਕਸਪਾਇਰ 1-2 ਮਹੀਨੇ ਨਹੀਂ, ਕਈ ਕਈ ਸਾਲ ਐਕਸਪਾਇਰ ਉਹ ਇਹਨਾਂ ਨੂੰ ਹੋ ਜਾਂਦੇ ਆ ਜਿਹੜੀਆਂ ਬੱਚਿਆਂ ਦੇ ਮੂੰਹ ਦੇ ਵਿੱਚ ਪੈਂਦੀਆਂ। ਕੁਝ ਬੱਚਿਆਂ ਦੀਆਂ ਟੌਫੀਆਂ ਖਾਣ ਦੇ ਨਾਲ ਸਿਹਤ ਖਰਾਬ ਹੁੰਦੀ ਆ। ਕੁਝ ਬੱਚਿਆਂ ਦੇ ਰਾਤ ਨੂੰ ਉੱਠ ਉੱਠ ਕੇ ਉਹ ਰੋਂਦੇ ਆ, ਜਿਹੜੀਆਂ ਪੈਕਟ ਵਾਲੀਆਂ ਚੀਜ਼ਾਂ, ਖਾਸ ਕਰਕੇ ਜਿਹੜੇ ਕੁਰਕਰੇ ਲੇਸ ਵਗੈਰਾ ਖਾਂਦੇ ਆ, ਉਹ ਵੀ ਐਕਸਪਾਇਰ ਹੋਏ ਵੇ ਕਈ ਵਾਰ ਉਹ ਖਾ ਜਾਂਦੇ ਆ। ਔਰ ਜਿਹੜਾ ਕੇਕ ਤੁਸੀਂ ਦੇਖੋ, ਬਿਨਾਂ ਕੋਈ ਜ਼ਹਿਰੀਲੀ ਚੀਜ਼ ਮਲੇ ਉਹ ਕਿਵੇਂ ਜ਼ਹਿਰੀਲਾ ਹੋ ਸਕਦਾ ਗਾ? ਬਣਾਉਣ ਦੇ ਦਰਮਿਆਨ ਕੋਈ ਨਾ ਕੋਈ ਚੀਜ਼ ਉਹਦੇ ਵਿੱਚ ਜ਼ਰੂਰ ਗਈ ਹੋਊਗੀ। ਔਰ ਜਦੋਂ ਘਰ ਵਾਲਿਆਂ ਨੇ ਮੰਗ ਕੀਤੀ ਕਿ ਜਾਂਚ ਕਰੋ, ਕਹਿੰਦੇ ਜੀ ਕੇਕ ਜਿਹੜਾ ਤੁਸੀਂ ਖਰੀਦ ਲਿਆ ਉਹਦੀ ਅਸੀਂ ਕੋਈ ਜਾਂਚ ਨਹੀਂ, ਕੋਈ ਟੈਸਟ ਨਹੀਂ ਕਰ ਸਕਦੇ ਗੇ, ਜਿਹੜੇ ਉਹਨਾਂ ਦੀ ਦੁਕਾਨ 'ਤੇ ਪਏ ਆ ਅਸੀਂ ਉਹਨਾਂ ਦੇ ਸੈਂਪਲ ਲੈ ਸਕਦੇ ਹਾਂ। ਦੇਖੋ, ਇੱਕ ਕਾਨੂੰਨ ਆ, ਡੈਥ ਹੋ ਚੁੱਕੀ ਆ ਬੱਚੀ ਦੀ, ਔਰ ਉਹਨਾਂ ਨੂੰ ਇਹ ਜਵਾਬ ਦਿੱਤਾ ਗਾ, ਕੇਕ ਬੇਸ਼ੱਕ ਉਹ ਲੈ ਗਏ ਆ ਟੈਸਟ ਕਰਨ ਦੇ ਲਈ, ਇਹਦੇ ਵਿੱਚ ਕੀ ਚੀਜ਼ ਮਿਲੀ ਹੋਈ ਆ, ਔਰ ਇਸ ਤਰ੍ਹਾਂ ਇਨਸਾਫ ਮਿਲ ਜੂਗਾ। ਕੀ ਉਹ ਲੋਕ ਫੜੇ ਜਾਣਗੇ ਜਿਹੜੇ ਇੰਨੀ ਇੰਨੀ ਧਾਂਦਲੀ ਕਰਦੇ ਆ, ਜਿਹੜੇ ਡੇਟਾਂ ਅੱਗੇ ਵਧਾ ਵਧਾ ਕਰਦੇ ਆ, ਜਿਹੜੇ ਨਿਗਰਾਨੀ ਰੱਖਦੇ ਹੋਟਲਾਂ ਦੇ ਵਿੱਚ, ਪ੍ਰਵਾਸੀ ਜਿਹੜੇ ਆ ਕੇ ਗੰਦੇ ਮੰਦੀਆਂ ਚੀਜ਼ਾਂ, ਆਪਾਂ ਕਿੰਨੀ ਵਾਰ ਵੀਡੀਓ ਦੇਖਿਆ, ਕੋਈ ਪੈਰਾਂ ਨਾਲ ਆਟੇ ਨੂੰ ਕੁਚਲ ਰਿਹਾ ਹੁੰਦਾ, ਕੋਈ ਬੀੜਾ ਲਾਈ ਜਾਂਦਾ ਹੁੰਦਾ, ਕੋਈ ਕੌਸ ਕੋਈ ਕੌਸਕ, ਕੋਈ ਹੈ ਚੈੱਕ ਕਰਨ ਵਾਲਾ, ਕੋਈ ਹੈਲਥ ਮਿਨਿਸਟਰ, ਕੋਈ ਹੋਰ ਜਿਹੜੇ ਅਧਿਕਾਰੀ, ਕੋਈ ਇੱਥੇ ਛਾਪੇਮਾਰੀ ਕਰਦਾ ਗਾ, ਕੋਈ ਹੈ ਚੈੱਕ ਕਰਨ ਦਾ ਸਿਸਟਮ? ਇਹਨਾਂ ਚੀਜ਼ਾਂ ਕਰਕੇ ਇਹ ਘਟਨਾਵਾਂ ਹੁੰਦੀਆਂ। ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀਰੋ,
ਆਪਦੇ ਬੱਚਿਆਂ ਨੂੰ ਰੋਕੋ ਮੋਰਲ ਦੀਆਂ ਚੀਜ਼ਾਂ ਉਹ ਨਾ ਹੀ ਖਾਣ ਦਾ ਚੰਗਾ ਹੈ। ਕੇਕ ਵਗੈਰਾ ਵੀ ਉਹ ਘਰ ਬਣਾ ਲਿਆ ਕਰੋ, ਯੂਟਿਊਬ 'ਤੇ ਦੇਖ ਲਓ ਕਿਵੇਂ ਬਣਦੇ ਆ, ਬੇਕ ਹੀ ਕਰਨਾ ਉਹਨਾਂ ਨੂੰ ਇੱਕ ਵਾਰੀ। ਤਾਂ ਜਾਨ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ, ਇੱਕੋ ਵਾਰੀ ਇਨਸਾਨ ਨੂੰ ਮੌਕਾ ਮਿਲਦਾ ਗਾ ਇਹ ਦੁਨੀਆ 'ਤੇ ਆ ਕੇ ਅੱਖਾਂ ਖੋਲ੍ਹਣ ਦਾ। ਤਾਂ ਵੀਰ ਮੇਰੋ ਇਹ ਵੀਡੀਓ ਨੂੰ ਸ਼ੇਅਰ ਕਰੋ, ਇੰਨੀ ਸ਼ੇਅਰ ਕਰੋ ਇਹ ਸਰਕਾਰ ਤੱਕ ਪਹੁੰਚੇ, ਉਹਨਾਂ ਦੀਆਂ ਅੱਖਾਂ ਖੋਲ੍ਹਣ ਕਿ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਖਰਾਬ ਖਾਣੇ ਦੇ ਕਰਕੇ। ਕਿੱਥੇ ਗਏ ਹੈਲਥ ਸੇਫਟੀ ਵਾਲੇ, ਕਿਉਂ ਨਹੀਂ ਕੋਈ ਚੈੱਕ ਕਰਦਾ? ਅਖੇ ਜੀ ਤੁਹਾਡੇ ਜਿਹੜਾ ਘਰ ਕੇਕ ਚਲਾ ਗਿਆ ਉਹਦੀ ਟੈਸਟ ਨਹੀਂ ਅਸੀਂ ਲੈ ਸਕਦੇ ਯਾਰ, ਦੇਖੋ ਕਿੱਡੀ ਵੱਡੀ ਗੱਲ ਕਹੀ ਉਹਨਾਂ ਨੇ। ਠੀਕ ਹੈ ਜੀ, ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਸੀ ਪ੍ਰੋਜੈਕਟ ਵਿਜ਼ਡਮ।